ਤੁਹਾਨੂੰ ਮੈਂ ਇੱਕ ਰਾਜੇ ਅਤੇ ਵਜ਼ੀਰ ਦੀ ਕਹਾਣੀ ਸੁਣਾਉਂਦਾ, ਜਿਵੇਂ ਪੁਰਾਣੇ ਟਾਈਮ ਸੁਣਾਉਂਦੇ ਹੁੰਦੇ ਸੀ, ਹੈ ਨਾ। ਇੱਕ ਕੋਈ ਵਜ਼ੀਰ ਸੀਗਾ ਰਾਜੇ ਦਾ, ਅਤੇ ਮੰਨ ਲਓ ਕੁਦਰਤੀ ਕਿਰਪਾ ਸੀ, ਜਦੋਂ ਉਹ ਹੱਸਦਾ ਸੀ ਢਿੱਡੋਂ, ਜਦੋਂ ਪੂਰਾ ਅੰਦਰੋਂ ਹੱਸਦਾ ਸੀ, ਉਹਦੇ ਫੁੱਲ ਕਿਰਦੇ ਸੀ। ਦੇਖੋ ਪਰਮਾਤਮਾ ਦੀ ਕਿਰਪਾ ਸੀ ਉਹ 'ਤੇ। ਜਦੋਂ ਵੀ ਕੋਈ ਪ੍ਰੋਗਰਾਮ ਹੋਣਾ, ਕੋਈ ਵੀ ਹੋਣਾ, ਰਾਜੇ ਨੇ ਕਹਿਣਾ ਲਿਆਓ ਅੱਸੂ ਉਹ ਲਿਆਓ, ਅਤੇ ਕੁਦਰਤੀ ਰਾਜੇ ਦਾ ਆਪਦਾ ਹੀ ਵਿਆਹ ਆ ਗਿਆ। ਅਤੇ ਹੁਣ ਰਾਜੇ ਨੇ ਤਾਂ ਫਿਰ ਉਹਨੂੰ ਹੀ ਹਸਾਉਣਾ, ਉੱਥੇ ਫੁੱਲ ਤਾਂ ਸਿੱਟਣੇ ਹੀ ਸੀ। ਰਾਜੇ ਨੇ ਜਦੋਂ ਬਰਾਤ ਤੁਰ ਗਈ, ਕਹਿੰਦੇ ਚਲੋ ਵੀ ਉਦੋਂ ਘੋੜਿਆਂ 'ਤੇ ਰਾਜੇ ਜਾਂਦੇ ਸੀ, ਅਤੇ ਜਦੋਂ ਉਹ ਗਏ ਰਾਹ 'ਚ ਅਤੇ ਉਹ ਭੁੱਲ ਗਿਆ, ਰਾਜਾ ਹੀਰੇ ਹੂਰੇ ਭੁੱਲ ਗਿਆ ਆਪਦੇ ਸਾਰੇ, ਹੈ ਨਾ। ਉਹ ਵਜ਼ੀਰ ਕਹਿੰਦਾ ਜੀ ਤੁਸੀਂ ਤੁਰੋ, ਮੈਂ ਗਿਆ ਅਤੇ ਆਇਆ ਘੋੜਾ, ਮੈਂ ਤਾਂ ਜਾਊਂ ਛੂਟ ਮਛੂਟ। ਉਹ ਘਰੇ ਜਾ ਕੇ ਵੇਖਦਾ ਉਹਦੀ ਔਰਤ ਗੈਰ ਮਰਦ ਦੇ ਨਾਲ, ਉਹ ਕਿਹੜਾ ਹੱਸੇ ਵਿਚਾਰਾ ਰੁਲ ਗਿਆ, ਟੈਨਸ਼ਨ ਪੈ ਗਈ। ਉਹਨੇ ਚੱਕੀਆਂ ਥੈਲੀਆਂ, ਕਹਿੰਦਾ ਹੁਣ ਰਾਜੇ ਦਾ ਵਿਆਹ, ਮੈਂ ਸ਼ਾਮ ਨੂੰ ਆ ਕੇ ਵੱਢੂ ਲੱਤਾਂ ਤੇਰੀਆਂ। ਅਤੇ ਉੱਧਰੋਂ ਉੱਥੇ ਲੈ ਗਏ ਜਿੱਥੇ ਰਾਜੇ ਦੇ ਵਿਆਹ ਸੀਗਾ, ਉਦੋਂ ਰਾਤ ਰਹਿੰਦੇ ਹੁੰਦੇ ਸੀਗੇ, ਅਤੇ ਉਹ ਕਹਿੰਦੇ ਵੀ ਪੰਦਰਾਂ ਦਸ ਦਿਨ, ਹਾਂ ਉਦੋਂ ਰਹਿੰਦੇ ਰਹੇ ਨਾ। ਅੱਜ ਕੱਲ੍ਹ ਹੁਣ ਰਹਿੰਦੇ ਆ ਬਾਈ ਰਾਜਸਥਾਨ 'ਚ, ਤਾਂ ਰਾਜਸਥਾਨ 'ਚ ਰਹਿੰਦੇ, ਰਾਜੇ ਦੇ ਪੰਦਰਾਂ ਦਿਨ ਨਹੀਂ ਮੁੜਦੇ। ਹਾਂ, ਅਤੇ ਉਹ ਕਹਿੰਦਾ ਨਾ ਬਾਈ ਜਦੋਂ ਉੱਥੇ ਗਏ, ਹੈ ਨਾ, ਅਤੇ ਉਹ ਕਹਿੰਦੇ ਵੀ ਐਂ ਕਰੋ ਵੀ ਲਿਆਓ ਵਜ਼ੀਰ ਨੂੰ। ਵਜ਼ੀਰ ਨੂੰ ਕਹਿੰਦੇ ਹੱਸ, ਵਜ਼ੀਰ ਦਾ ਹੁਣ ਕੀ ਹੱਸੇ ਵਿਚਾਰੇ ਦਾ, ਘਰੇ ਦਾ ਜਲੂਸ ਨਿਕਲਿਆ ਪਿਆ ਉਹ ਉੱਤੋਂ ਹੱਸੇ ਗਲ ਤੋਂ ਤਾਂ ਤਾਂ ਆਹੋ ਹੁਣ ਫੁੱਲ ਕਰਨ ਨਾ ਫੁੱਲ। ਹੁਣ ਰਾਜਾ ਕਹਿੰਦਾ ਵੀ ਇਹ ਬੰਦਾ ਸ਼ਰਾਰਤੀ ਹੈ, ਇਹ ਬੰਦਾ ਦੁਖੀ ਹੈ, ਆਪਣੇ 'ਤੇ ਲੱਗਦਾ ਵੀ ਜਿਹੜਾ ਹੱਸਿਆ ਨਹੀਂ, ਹੁਣ ਰਾਜੇ ਦਾ ਵੀ ਦਿਮਾਗ ਖਰਾਬ ਹੋ ਗਿਆ। ਰਾਜਾ ਕਹਿੰਦਾ ਹੁਣ ਮਾਰਾਂਗੇ, ਇਹ ਵੀ ਗੱਲ ਗਲਤ ਹੋ ਜੂ, ਅਗਲੇ ਨੇ ਕਹਿੰਦਾ ਨਾਲ ਲਿਆ ਕੇ ਮਾਰਤਾ। ਸਹੀ ਗੱਲ, ਸਹੀ ਵੀ ਇਹਨੂੰ ਬੰਨੋ, ਇਹਦੇ ਲੱਤਾਂ ਪੈਰ ਰਾਤ ਨੂੰ ਘੋੜਿਆਂ ਦੇ ਥੱਲੇ ਸਿੱਟਿਆ, ਆਪੇ ਲਤੜ ਦੇਣਗੇ ਵੀ ਸਵੇਰੇ ਆਪਾਂ ਵਿਆਹ ਕੇ ਮੁੜ ਜਾਣਾ, ਕਹਾਂਗੇ ਘੋੜਿਆਂ ਨੇ ਮਾਰਤਾ। ਉਹਨਾਂ ਨੇ ਬੰਨ ਕੇ ਲੱਤਾਂ 'ਤੇ ਹੱਥੋਂ ਦਾ ਸਿੱਟਿਆ ਉੱਥੇ, ਅਤੇ ਉਹ ਬੰਦਾ ਸ਼ਰਾਰਤੀ ਸੀ, ਉਹ ਰੁੜ ਰੁੜ ਕੇ ਖੋਣਨੀ ਨਾਲ ਲੱਗ ਗਿਆ, ਕਿਉਂਕਿ ਜਿਹੜਾ ਫੁੱਲ ਸਿੱਟਦਾ ਉਹ 'ਤੇ ਕਿਰਪਾ ਵੀ ਹੋਊ। ਉਹ ਜਦੋਂ ਖੋਣਨੀ ਨਾਲ ਲੱਗ ਗਿਆ, ਘੋੜੇ ਹੁਣ ਤਾਂ ਲੱਤਾਂ ਮਾਰਿਆ ਨਹੀਂ ਘੋੜਿਆਂ ਨੇ, ਅਤੇ ਉਹ ਜਿਹੜਾ ਘੋੜਿਆਂ ਦੀ ਸੇਵਾ ਕਰਦਾ ਸੀਗਾ ਉੱਧਰਲਾ ਵਜ਼ੀਰ ਸੀ ਜਿਹੜਾ, ਉਹ ਜਿਹਦਾ ਕੁੜੀ ਦਾ ਵਿਆਹ ਸੀਗਾ ਸਵੇਰੇ ਰਾਜੇ ਨਾਲ, ਉਹ ਉਹਨੂੰ ਮਿਲਣਾ ਗੀ ਉੱਥੇ। ਉਹਨੂੰ ਥੋੜ੍ਹੀ ਪਤਾ ਜੀ ਇੱਥੇ ਬੰਦਾ ਪਿਆ। ਉਹ ਕਹਿੰਦੀ ਵੀ ਅੱਜ ਮਿਲ ਲਾ ਮੈਨੂੰ, ਵੀ ਕੱਲ੍ਹ ਨੂੰ ਮੇਰਾ ਵਿਆਹ ਹੈ ਨਾ, ਵੀ ਮੈਂ ਚਲੀ ਜਾਣਾ। ਜਦੋਂ ਉਹਨੇ ਵੇਖਿਆ ਵੀ ਇਹ ਤਾਂ ਰਾਣੀ ਆ, ਉਹ ਕਹਿੰਦਾ ਤੂੰ ਇਕੱਲਾ ਨਹੀਂ, ਕਹਿੰਦਾ ਸਾਰਿਆਂ ਨੇ ਹੀ ਆਏ ਹੁੰਦੀ ਆ। ਉਹ ਬਹੁਤ ਹੱਸਿਆ, ਉਹ ਫੁੱਲ ਕਰਨ ਲੱਗ ਗਏ, ਉਹਨਾਂ ਨੇ ਦੱਸਿਆ ਜਾ ਕੇ ਵੀ ਰਾਜਾ ਉਹ ਤਾਂ ਫੁੱਲ ਸਿੱਟੀ ਜਾਂਦਾ, ਕਹਿੰਦਾ ਉਹ ਤਾਂ ਗੋਡੇ ਗੋਡੇ ਚੜਾਈ ਬੈਠਾ ਘੋੜਿਆਂ ਦੇ ਥੱਲੇ ਬੋਲ। ਉਹ ਕਹਿੰਦੇ ਲਿਆਓ ਨਵਾ ਨੂ ਕੇ ਸਿੱਟੇ ਫੁੱਲ। ਉਹ ਜਦੋਂ ਹੱਸੇ ਹੁਣ ਢਿੱਡੋਂ ਪੂਰਾ ਹੱਸੇ, ਉਹਨੂੰ ਉੱਦਾਂ ਹੌਸਲਾ ਮਿਲ ਗਿਆ, ਯਾਰ ਮੇਰੇ ਨਾਲ ਥੋੜ੍ਹੀ ਸਾਡੇ ਰਾਜੇ ਨਾਲ ਵੀ ਹੋਈ ਜਾਂਦੀ ਹੈ ਤਾਂ, ਵੀ ਜਿਹੜਾ ਲਈ ਫਿਰਦਾ। ਉਹ ਮੁੜ ਕੇ ਉਹ ਕਹਿੰਦੇ ਅੱਜ ਬਾਹਲਾ ਖੁਸ਼ ਹੈ। ਰਾਜਾ ਕਹਿੰਦਾ ਅੱਜ ਹੱਸਿਆ। ਉਹ ਕਹਿੰਦਾ ਜੀ ਮੇਰੇ 'ਤੇ ਆਹ ਚੱਕਰ ਪੈ ਗਿਆ ਸੀ, ਮੈਂ ਤਾਂ ਨਹੀਂ ਹੱਸਦਾ ਸੀਗਾ। ਕਹਿੰਦਾ ਫਿਰ ਹੁਣ ਹੱਸਿਆ? ਕਹਿੰਦਾ ਤੁਹਾਡੇ ਵਾਲਾ ਵੀ ਕੰਮ ਹੋ ਗਈ ਹੈ। ਕਹਿੰਦਾ ਤਾਂ ਹੱਸਦਾ, ਉਹ ਕਹਿੰਦਾ ਮਾਰੋ ਗੋਲੀ, ਇਹ ਤਾਂ ਫਿਰ ਸਾਡੇ 'ਤੇ ਦੁਖੀ ਹੈ।